ਇੱਥੇ ਭਰਾ ਦੀ ਗੱਡੀ ਸੀਗੀ, ਉਹ ਰੈੱਡ ਲਾਈਟ 'ਤੇ ਖੜ੍ਹਾ ਸੀ, ਉਹਦੇ ਪਿੱਛੇ ਵੀ ਚਾਰ ਪੰਜ ਗੱਡੀਆਂ ਸੀ, ਉਹਦੇ ਅੱਗੇ ਟਰੱਕ ਸੀਗਾ। ਉਸ ਤੋਂ ਪਿੱਛੇ ਕੋਈ ਟਰੱਕ ਇਕਦਮ ਪਿੱਛੋਂ ਬਹੁਤ ਤੇਜ਼ ਆ ਕੇ ਵੱਜਿਆ, ਚਾਰ ਪੰਜ ਕਾਰਾਂ ਨੂੰ ਉਹਨਾਂ ਨੇ ਰਗੜਤਾ, ਉੱਪਰ ਚੜ੍ਹਾਤਾ ਅਤੇ ਸਾਰੀਆਂ ਕਾਰਾਂ ਲਤੜਤੀਆਂ। ਉਹਦੀ ਕਹਿੰਦੇ ਸ਼ਰਾਬ ਪੀਤੀ ਵੀ ਸੀ ਜਾਂ ਕੁਛ ਹੋਰ ਨਸ਼ਾ ਨੁਸ਼ਾ ਕੀਤਾ ਹੋਇਆ ਸੀਗਾ, ਹਾਂ ਇਹ ਲੱਗ ਰਿਹਾ। ਜਾਨੀ ਨੁਕਸਾਨ ਮਾੜੀ ਮੋਟੀ ਸੱਟ ਫੇਟ ਵੱਜੀ, ਮਾੜੀ ਮੋਟੀ ਝੀਟਾਂ ਝੂਟਾਂ ਵੱਜੀਆਂ, ਪਰ ਕਾਰਾਂ ਪੂਰੀਆਂ ਡੈਮੇਜ ਹੋ ਗਈਆਂ। ਟੋਟਲ ਲਾਸ ਆ, ਤੁਸੀਂ ਵੀਡੀਓ ਚੈੱਕ ਕਰੋ, ਸਾਰੇ ਦੀ ਵੀਡੀਓ ਬਣਾ ਕੇ ਵਿੱਚ ਪਾਓ ਜੀ, ਤੁਸੀਂ ਚੈੱਕ ਕਰੋ। ਗੱਡੀਆਂ ਖੜੀਆਂ ਸੀਗੀਆਂ ਜੀ, ਬਿਲਕੁਲ ਨਹੀਂ ਪਾਰਕਿੰਗ ਵਿੱਚ ਨਹੀਂ ਸੀ ਵੀਰ ਜੀ, ਰੈੱਡ ਲਾਈਟ 'ਤੇ ਖੜੀਆਂ ਸੀ ਗੱਡੀਆਂ ਆਪਦੀਆਂ। ਪਿੱਛੇ ਉਹਨੇ ਬ੍ਰੇਕ ਬਰੂਕ ਲਾਏ ਨਹੀਂ, ਸਿੱਧੀ ਸਾਰੀਆਂ ਕਾਰਾਂ ਚੜ੍ਹਾਤਾ। ਸਾਡੀ ਕਾਰ ਸਾਨੂੰ ਅੱਗੇ ਸੀ, ਉਹਦਾ ਅੱਗੇ ਜੋ ਟਰੱਕ ਸੀਗਾ, ਪਿੱਛੇ ਚਾਰ ਪੰਜ ਕਾਰਾਂ ਹੋਰ ਸੀਗੀਆਂ, ਉਹ ਤੁਸੀਂ ਆਹ ਵੀਡੀਓ ਦੇਖ ਹੀ ਲਓ, ਸਾਰੀਆਂ ਕਾਰਾਂ ਦੇ ਡੈਮੇਜ ਹੋਈ ਵੀਆਂ ਸਾਰੀਆਂ, ਤਾਂ ਆਹ ਚੱਕਰ ਆ ਜੀ। ਗੱਲ ਤਾਂ ਇਹ ਆ ਜੀ, ਇਹ 'ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਟਰੱਕਾਂ ਵਾਲਿਆਂ ਨੂੰ ਸਿਸਟਮ 'ਤੇ, ਦਾਰੂ ਪੀ ਕੇ ਗੱਡੀ ਚਲਾਉਂਦੇ ਆ ਜਾਂ ਹੋਰ ਆ, ਮੇਨ ਇਹ ਮੁੱਦਾ ਇਹ ਆ ਜੀ। ਉਹ ਟਰੱਕ ਵਾਲਾ ਮੁੱਕ ਤੋਂ ਕੋਈ ਭੱਜ ਗਿਆ ਜਾਂ ਪਕੜ? ਨਹੀਂ ਜੀ, ਉਹਨੂੰ ਫੜ ਲਿਆ ਜੀ, ਟਰੱਕ ਵਾਲਾ ਤਾਂ ਪਿੱਛੇ ਭੱਜਣ ਦਾ ਮੌਕਾ ਨਹੀਂ ਮਿਲਿਆ ਉਹਨੂੰ। ਆਪਣੀਆਂ ਲਾਈਟਾਂ ਤੁਸੀਂ ਅੱਜ ਰਤਨ ਚੌਂਕ 'ਤੇ ਗੱਡੀਆਂ ਖੜੀਆਂ ਸੀ, ਪਿੱਛੋਂ ਟਰੱਕ ਆਇਆ, ਉਹਨਾਂ ਦੇ ਵਿੱਚ ਵੱਜਿਆ ਕੇ ਉਹਨਾਂ ਦੇ ਆਏ ਆ। ਕੀ ਕਹਿੰਦੇ ਨੇ ਟਰੱਕ ਡਰਾਈਵਰ ਦੇ, ਕੋਈ ਨਸ਼ਾ ਕੀਤਾ? ਉਹ ਤਾਂ ਅਜੇ ਪੜਤਾਲ ਕਰਦੇ ਹਾਂ ਕੀ ਆ ਸਾਰਾ ਕੁਝ, ਬਾਅਦ 'ਚ ਪੜਤਾਲ ਤੋਂ ਐਸ ਯੂ ਵੀ ਸੂਟ ਹੋ ਗਈ। ਚਾਰ ਗੱਡੀਆਂ ਹਿੱਟ ਹੋਈਆਂ ਜੀ।